ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਝੋਨੇ ਦਾ ਸੀਜ਼ਨ ਆ ਰਿਹਾ ਤੇ ਝੋਨੇ ਦੀ ਲਵਾਈ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਤੇ ਝੋਨੇ ਦੀ ਪਰਾਲੀ ਦਾ ਮੁੱਦਾ ਹਰ ਸਾਲ ਹੀ ਜੋ ਜਦੋਂ ਝੋਨਾ ਵੜਿੰਦਾ ਉਦੋਂ ਗਰਮਾਇਆ ਜਾਂਦਾ ਸੋ ਐਸੇ ਹੀ ਝੋਨੇ ਦੀ ਪ੍ਰਾਲੀ ਲਈ ਜੋ ਪੰਜਾਬ ਸਰਕਾਰ ਨੇ ਜੋ ਝੋਨੇ ਦੀ ਪ੍ਰਾਲੀ ਲਈ ਸੰਦ ਨੇ ਜਾਂ ਜੋ ਵੀ ਮਸ਼ੀਨਰੀ ਹੈ ਉਹਦੇ ਲਈ ਸਬਸਿਡੀ ਕੱਢੀ ਹੈ ਤੇ ਇਹ ਸਬਸਿਡੀ 50 ਤੋਂ 80% ਤੱਕ ਦੀ ਸਬਸਿਡੀ ਹੈ ਇਹਨੂੰ ਇਕੱਲਾ ਕਿਸਾਨ ਵੀ ਪਰ ਸਕਦਾ ਹੈ ਤੇ ਗਰੁੱਪ ਚ ਸੋਸਾਇਟੀ ਬਣਾ ਕੇ ਵੀ ਇਹਨੂੰ ਆਪਾਂ ਲੈ ਸਕਦੇ ਆ ਤੇ ਕਵੇਂ ਇਹ ਸਬਸਿਡੀ ਲੈਣੀ ਹੈ ਕਿੰਨੀ ਤਰੀਕ ਤੋਂ ਇਹ ਪੋਰਟਲ ਖੁੱਲਿਆ ਕਵੇਂ ਇਹਨੂੰ ਭਰਨਾ ਹੈ ਇਕੱਲੇ ਕਿਸਾਨ ਨੇ ਜਾਂ ਸੋਸਾਇਟੀ ਬਣਾ ਕੇ ਕਵੇਂ ਇਹਨੂੰ ਭਰ ਸਕਦੇ ਆ ਕਿਹੜੀ ਕਿਹੜੀ ਮਸ਼ੀਨਰੀ ਤੇ ਸਬਸਿਡੀ ਆਈ ਹੈ ਇਹ ਸਭ ਦੀ ਜਾਣਕਾਰੀ ਆਪਾਂ ਇਸ ਵੀਡੀਓ ਚ ਲਾਂਗੇ ਸਭ ਤੋਂ ਪਹਿਲੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਸਬਸਿਡੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਕੋਣ ਸਕੇ ਸੋ ਕਿਸਾਨ ਵੀਰੋ ਸ਼ੁਰੂ ਕਰਦੇ ਆ ਸਭ ਤੋਂ ਪਹਿਲੇ ਵੀ ਕਿਹੜੀ ਕਿਹੜੀ ਮਸ਼ੀਨਰੀ ਤੇ ਸਬਸਿਡੀ ਹੈ ਤਾਂ ਜੋ ਮਸ਼ੀਨਰੀ ਤੇ ਸਬਸਿਡੀ ਆ ਉਹ ਸਭ ਤੋਂ ਪਹਿਲੇ ਸੁਪਰ ਐਸ ਐਮ ਐਸ ਜੋ ਮਸ਼ੀਨ ਦੇ ਪਿੱਛੇ ਲੱਗਦਾ ਫਿਰ ਹੈਪੀ ਸੀਡਰ ਹੈ ਫਿਰ ਪੈਡੀ ਸਟਰਾਚ ਉੱਪਰ ਹੈ ਉਸ ਤੋਂ ਬਾਅਦ ਸਮਾਰਟ ਸੀਡਰ ਹੈ ਫਿਰ ਜ਼ੀਰੋ ਟ੍ਰੇਲ ਰਿਲ ਹੈ ਫਿਰ ਸੁਪਰ ਸੀਡਰ ਹੈ ਬੈਲਰ ਤੇ ਸਬਸਿਡੀ ਹੈ ਕ੍ਰੋਪ ਡੀਪਰ ਤੇ ਸਬਸਿਡੀ ਹੈ ਉਲਟਾਵੇਂ ਪਲੋ ਤੇ ਸਬਸਿਡੀ ਹੈ ਤੇ ਰੋਟਰੀ ਸਲੇਸ਼ਰ ਤੇ ਸਬਸਿਡੀ ਹੈ ਸੋ ਇਹ ਮੇਨ ਮੇਨ ਸੰਦ ਨੇ ਜਿਨ੍ਹਾਂ ਦੇ ਉੱਪਰ ਸਬਸਿਡੀ ਐਸ ਪਰ ਸਰਕਾਰ ਦੇ ਰਹੀ ਐ ਤੇ ਇਹ 50% ਇਕੱਲੇ ਕਿਸਾਨ ਵਾਸਤੇ ਤੇ 80% ਜੋ ਆਪਾਂ 9 ਜਾਂ 11 ਬੰਦਿਆਂ ਦਾ ਗਰੁੱਪ ਬਣਾ ਕੇ ਇਹਨੂੰ ਕਰਦੇ ਆ ਤਾਂ ਉਹਦੇ ਤੇ 80% ਸਬਸਿਡੀ ਮਿਲੇਗੀ ਜਾਂ ਕੋਈ ਪਿੰਡ ਦੀ ਪੰਚਾਇਤ ਹੈ ਉਹ ਵੀ ਜੇ ਇਹਦਾ ਫਾਰਮ ਭਰ ਦਿਆ ਤਾਂ ਪਿੰਡ ਦੀ ਪੰਚਾਇਤ ਨੂੰ ਵੀ 80% ਸਬਸਿਡੀ ਮਿਲੇਗੀ ਇਸ ਤੋਂ ਬਾਅਦ ਆਪਾਂ ਕਿਹੜੇ ਪੋਰਟਲ ਤੇ ਜਾ ਕੇ ਇਹਦੀ ਜਾਣਕਾਰੀ ਭਰਨੀ ਹੈ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਚ ਸਮਝਾਉਨੇ ਆ ਨਾਲ ਦੀ ਨਾਲ ਤੁਹਾਡੀ ਸਕਰੀਨ ਤੇ ਆਈ ਜਾਏਗਾ ਉਹੀ ਉਹੀ ਸਟੈਪ ਤੁਸੀਂ ਫੋਲੋ ਕਰਦੇ ਜਾਓ ਤਾਂ ਜੋ ਤੁਹਾਡੀ ਸਬਸਿਡੀ ਦੇ ਫਾਰਮ ਤੁਸੀਂ ਆਪ ਵੀ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਆ ਸਭ ਤੋਂ ਪਹਿਲੇ ਤੁਸੀਂ ਜੋ agrimachinerypb.com ਦੀ ਜੋ ਵੈਬਸਾਈਟ ਹੈ ਉਹਦੇ ਤੇ ਜਾਣਾ ਇਹ ਪੋਰਟਲ ਖੁੱਲ ਜਾਏਗਾ ਤੇ ਇਹਦੇ ਆਪਾਂ ਪਹਿਲੇ ਦਿਸ਼ਾ ਨਿਰਦੇਸ਼ ਜਾਣ ਲੈਣੇ ਆ ਕਿਹੜੇ ਦੇ ਦਿਸ਼ਾ ਨਿਰਦੇਸ਼ ਨੇ ਇੱਕ ਅੱਲਾ ਵਿਅਕਤੀ ਜਾਂ ਇੱਕ ਕਿਸਾਨ ਗਰੁੱਪ ਪਰ ਸਕਦਾ ਜਾਂ ਸਹਿਕਾਰੀ ਸਮਿਤੀ ਜਾਂ ਇੱਕ ਪੰਚਾਇਤ ਇਕੱਠੇ ਹੋ ਕੇ ਸੰਗਠਨ ਬਣਾ ਕੇ ਸਬਸਿਡੀ ਲੈ ਸਕਦੇ ਨੇ ਤੇ ਸ਼੍ਰੇਣੀ ਦੇ ਅਕੋਰਡਿੰਗ ਜਿਵੇਂ ਛੋਟੇ ਕਿਸਾਨ ਨੇ ਤਾਈਏ ਕਿੜ ਤੱਕ ਇਹ ਸਾਰੀ ਜਾਣਕਾਰੀ ਇਹਦੇ ਤੇ ਦੇ ਰખી ਹੈ ਵੀ ਤੁਹਾਡੀ ਕਿਹੜੀ ਸ਼੍ਰੇਣੀ ਹੋਏਗੀ ਜ਼ਮੀਨ ਦੇ ਹਿਸਾਬ ਨਾਲ ਤੇ ਉਸ ਤੋਂ ਬਾਅਦ ਤੁਹਾਡਾ ਜੋ ਫਰਦਾ ਨੇ ਜ਼ਮੀਨ ਦੀਆਂ ਆਧਾਰ ਕਾਰਡ ਪੈਨ ਕਾਰਡ ਇਹ ਸਾਰਾ ਕੁਝ ਲੱਗਣਾ ਹੈ ਜੇ ਤੁਸੀਂ ਸੁਸਾਇਟੀ ਬਣਾਉਣੀ ਹੈ ਤੇ ਕੱਲੇ ਕਿਸਾਨ ਦਾ ਤੁਸੀਂ ਆਪ ਦਾ ਬੈਂਕ ਦਾ ਖਾਤਾ ਕਿਹੜੀ ਕਾਸਟ ਨੂੰ ਬਿਲੋਂਗ ਕਰਦੇ ਹੋ ਤੇ ਇਸ ਤੋਂ ਬਾਅਦ ਜੋ ਵੀ ਬਿਨੇਕਰ ਤਸਦੀਕ ਆਧਾਰ ਨੰਬਰ ਤੁਹਾਡਾ ਪਹਿਲੇ ਅਟੈਚ ਹੋਣਾ ਚਾਹੀਦਾ ਨੰਬਰ ਵੀ ਅਟੈਚ ਹੋਣਾ ਚਾਹੀਦਾ ਉਹਦੇ ਨਾਲ ਸੋ ਇਹ ਸਾਰੀ ਮੇਨ ਮੇਨ ਜਾਣਕਾਰੀ ਹੈ ਜਾਂ ਕੁਝ ਸ਼ਰਤਾਂ ਨੇ ਜੋ ਤੁਹਾਡੇ ਕੋਲ ਪੂਰੀਆਂ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਹੀ ਤੁਸੀਂ ਜੋ ਹੈ ਇਹ ਫਾਰਮ ਭਰ ਸਕਦੇ ਹੋ ਤੇ ਜ਼ਰੂਰੀ ਜੋ ਦਸਤਾਵੇਜ਼ ਨੇ ਉਹਨਾਂ ਚ ਤੁਹਾਡੀ ਫੋਟੋ ਹੈ ਫੋਟੋ ਅਪਲੋਡ ਕਰਨੀ ਪਏਗੀ ਤੁਹਾਨੂੰ ਜੇ ਅਰਜੀ ਪਰ ਇਹ ਹੈ ਤਾਂ ਤੇ ਉਸ ਤੋਂ ਬਾਅਦ ਜੇ ਤੁਸੀਂ ਪਿਛਲੇ ਸਾਲ ਸਬਸਿਡੀ ਦਾ ਲਾਭ ਲੈ ਚੁੱਕੇ ਹੋ ਤਾਂ ਤੁਸੀਂ ਇਸ ਵਾਰੀ ਵੀ ਉਹਨੂੰ ਉੱਥੇ ਦਿਖਾਉਣਾ ਹੈ ਯਾਨੀ ਕਿ ਉਹਦੇ 'ਚ ਹਾਂ ਪਰਣਾ ਹੈ ਮਤਲਬ ਜੇ ਤੁਸੀਂ ਪਹਿਲਾਂ ਸਬਸਿਡੀ ਲਈ ਹੈ ਤਾਂ ਉਹਦੇ ਲਈ ਤੁਸੀਂ ਲਿਖੋਣਾ ਨਹੀਂ ਉਹ ਤੁਸੀਂ ਸਰਕਾਰ ਨੂੰ ਦੱਸਣਾ ਹੈ ਵੀ ਪਹਿਲੇ ਅਸੀਂ ਸਬਸਿਡੀ ਲੈ ਚੁੱਕੇ ਹਾਂ ਤੇ ਇਹ ਦੀ ਜੋ ਜਾਣਕਾਰੀ ਹੈ ਉਹ ਜਾਂਚ ਵੀ ਹੋਏਗੀ ਕਿ ਤੁਸੀਂ ਪਹਿਲੇ ਸਬਸਿਡੀ ਲੈ ਚੁੱਕੇ ਹੋ ਜਾਂ ਨਹੀਂ ਸੋ ਇਸ ਲਈ ਜਾਣਕਾਰੀ ਬਿਲਕੁਲ ਸਹੀ-ਸਹੀ ਭਰਨੀ ਹੈ ਸਾਰੇ ਨਿਯਮ ਸ਼ਰਤਾ ਇੱਥੇ ਲਿਖੇ ਗਏ ਨੇ ਸੋ ਇਸ ਤੋਂ ਬਾਅਦ ਜੇ ਆਪਾਂ ਅੱਗੇ ਚੱਲਦੇ ਹਾਂ ਤਾਂ ਪੋਰਟਲ ਦਾ ਜੋ ਅਪਲਾਈ ਸਕੀਮ ਹੈ ਜੋ ਇੱਥੇ ਤੁਹਾਡੀ ਸਕਰੀਨ ਤੇ ਵੀ ਵਿਜੀਬਲ ਹੋ ਰਿਹਾ ਹੈ ਯਾਨੀ ਕਿ CRM ਸਕੀਮ ਦੇ ਅੰਡਰ ਅਪਲਾਈ ਅੰਡਰ CRM ਸਕੀਮ ਤੇ ਅ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਜੇ ਤੁਸੀਂ ਕੱਲੇ ਆਪ ਦੇ ਲਈ ਕਰਨਾ ਹੈ ਤੱਕ ਉਹ ਤੁਸੀਂ ਕੱਲਿਆਂ ਲਈ ਕਰੋ ਇਹਦੇ ਲਈ ਤੁਹਾਡਾ ਆਧਾਰ ਨੰਬਰ ਭਰਨਾ ਪਏਗਾ ਤੇ ਉਹ ਆਧਾਰ ਨੰਬਰ ਭਰ ਕੇ ਤੁਹਾਡੇ ਜੋ ਫੋਨ ਆਧਾਰ ਨਾਲ ਲਿੰਕ ਹੋਏਗਾ ਉਹਦੇ ਤੇ ਤੁਹਾਡਾ ਇੱਕ ਕੋਡ ਜਾਏਗਾ ਜੋ ਤੁਸੀਂ ਭਰ ਕੇ ਉਹ ਫਾਰਮ ਨੂੰ ਅੱਗੇ ਵਧਾ ਸਕਦੇ ਹੋ ਤੇ ਇਸ ਤੋਂ ਪਹਿਲੇ ਜੇ ਤੁਸੀਂ ਆਪ ਦਾ ਫਾਰਮ ਰਜਿਸਟਰ ਨਹੀਂ ਕੀਤਾ ਹੋਇਆ ਯਾਨੀ ਕਿ ਤੁਸੀਂ ਐਜ਼ ਅ ਫਾਰਮਰ ਆਫ ਦਿ ਆਪ ਨੂੰ ਸਰਕਾਰੀ ਵੈਬਸਾਈਟ ਤੇ ਰਜਿਸਟਰ ਨਹੀਂ ਕੀਤਾ ਹੋਇਆ ਤਾਂ ਤੁਸੀਂ ਆਪਦਾ ਆਧਾਰ ਨੰਬਰ ਭਰ ਕੇ ਆਪਦਾ ਨੰਬਰ ਲਿੰਕ ਕਰਕੇ ਤੁਸੀਂ ਐਜ਼ ਅ ਫਾਰਮਰ ਪਹਿਲੇ ਰਜਿਸਟਰ ਹੋ ਕੇ ਫਿਰ ਤੁਸੀਂ ਸਾਰੀ ਪ੍ਰੋਸੈਸ ਫੋਲੋ ਕਰ ਸਕਦੇ ਹੋ ਤੇ ਸੁਸਾਇਟੀ ਬਣਾ ਕੇ ਆਪਾਂ ਕਿਵੇਂ ਲੈ ਸਕਦੇ ਆ ਉਹਦੇ ਲਈ ਪੂਰੀ ਵੀਡੀਓ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਸਮਝਾਵਾਂਗੇ ਕਿਵੇਂ ਸੁਸਾਇਟੀ ਬਣਦੀ ਹੈ ਕਿ ਉਹਦੇ ਲਈ ਜੋ ਕਾਗਜ਼ ਪੱਤਰ ਚਾਹੀਦੇ ਨੇ ਕਿੰਨੇ ਬੰਦਿਆਂ ਦੀ ਸੁਸਾਇਟੀ ਬੰਨੀ ਹੈ ਉਹ ਸਾਰੀ ਆਪਾਂ ਵੀਡੀਓ ਅਲੱਗ ਤੋਂ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਅੱਜ ਦੀ ਵੀਡੀਓ ਇਹਨੇ 20 ਤਰੀਕ ਤੋਂ ਲੈ ਕੇ ਅੱਜ ਯਾਨੀ ਕਿ 20 ਜੂਨ ਤੋਂ ਲੈ ਕੇ 20 ਜੁਲਾਈ ਤੱਕ ਇਹ ਫਾਰਮ ਖੁੱਲੇ ਹੋਏ ਨੇ ਜਿਹੜੇ ਕਿਸਾਨ ਵੀ ਰਿਚ ਚੁਕਣੇ ਉਹ ਜਲਦੀ ਤੋਂ ਜਲਦੀ ਸਬਸਿਡੀ ਸੋ ਕਿਸਾਨ ਵੀਰੋ ਜਾਣਕਾਰੀ ਵਧੀਆ ਲੱਗੀ ਤਾਂ ਜਿਆਦਾ ਤੋਂ ਜਿਆਦਾ ਦੂਜੇ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤਾਂ ਜੋ ਉਹ ਵੀ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ